ਇਹ ਸ੍ਰਿਸ਼ਟੀ ਕੀ ਹੈ, ਕਦੋਂ ਤੇ ਕਿਵੇਂ ਹੋਂਦ ਵਿੱਚ ਆਈ ਕੋਈ ਨਹੀਂ ਜਾਣਦਾ, ਪਰ ਕੋਈ ਤਾਂ ਅਜਿਹੀ ਸ਼ਕਤੀ ਹੈ ਜੋ ਕੁਦਰਤ ਦੇ ਅਸੀਮ ਆਕਾਰ ਵਿੱਚ ਫੈਲੀ ਹੋਈ ਹੈ, ਜਿਸਨੇ ਇਨਸਾਨ ਨੂੰ ਅਨੰਤ ਦਾ ਅਹਿਸਾਸ ਕਰਵਾਇਆ। ਹਿੰਦੁਸਤਾਨ ਦੀ ਹਜ਼ਾਰਾਂ ਹਜ਼ਾਰਾਂ ਸਾਲਾਂ ਦੀ ਗਾਥਾ ਵਿੱਚ ਸਮੋਇਆ ਪੰਜਾਬ, ਜਿਸ ਨੂੰ ਵੱਖ ਵੱਖ ਸਮਿਆਂ 'ਚ ਭਾਵੇਂ ਵੱਖ ਵੱਖ ਨਾਮ ਦਿੱਤੇ ਗਏ ਹੋਣਗੇ, ਪਰ ਅੱਜ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਸ਼ਖਸ ਹੋਵੇ ਜਿਸਨੇ ਪੰਜਾਬ ਬਾਰੇ ਨਹੀਂ ਸੁਣਿਆ। ਇਸ ਮਿੱਟੀ ਤੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਏਕ ਓਮਕਾਰ ਦੇ ਸੁਨੇਹੇ ਨਾਲ ਲੋਕਾਂ ਨੂੰ ਗਿਆਨ ਦੇ ਰਾਹ ਤੇ ਤੋਰਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਾਲ ਲੋਕ ਮੀਰੀ ਪੀਰੀ ਦੇ ਸਿਧਾਂਤ ਤੋਂ ਵਾਕਿਫ ਹੋਏ। ਧਰਮ ਦੀ ਆਜ਼ਾਦੀ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਗਲਾਂ ਨੂੰ ਬੇਖੌਫ ਟੱਕਰ ਦੇਣ ਦੇ ਨਾਲ ਨਾਲ ਦੱਬੇ ਕੁਚਲੇ ਲੋਕਾਂ ਨੂੰ ਇੱਕੋ ਝੰਡੇ ਥੱਲੇ ਇਕੱਠਾ ਕਰ ਦੁਨੀਆਂ ਨੂੰ ਪਹਿਲਾ ਸਮਾਜਵਾਦੀ ਸੁਨੇਹਾ ਦੇਣਾ, ਇਹ ਕੁਛ ਐਸੀਆਂ ਘਟਨਾਵਾਂ ਨੇ ਜੋ ਇਤਿਹਾਸ ਦੇ ਵਰਕਿਆਂ 'ਚ ਸਿੱਖ ਧਰਮ ਦੀ ਮਹਾਨਤਾ ਤੇ ਵਿਲੱਖਣਤਾ ਵਜੋਂ ਸਬੂਤ ਦੇ ਤੌਰ ਤੇ ਹਮੇਸ਼ਾ ਲਈ ਦਰਜ ਨੇ। ਇਸ ਮਾਣ ਮੱਤੇ ਇਤਿਹਾਸ ਦੇ ਕੁਛ ਪੰਨੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਿਖੇ ਹਨ, ਜੋ ਅੱਜ ਮਹਿਜ਼ ਇੱਕ ਰਾਜਨੀਤਿਕ ਪਾਰਟੀ ਨਹੀਂ ਬਲਕਿ ਮਿਸਾਲ ਹੈ ਜ਼ੁਲਮ ਖਿਲਾਫ ਸੰਘਰਸ਼ ਦੀ, ਧਰਮ ਅਤੇ ਕੌਮ ਲਈ ਕੁਰਬਾਨੀ ਦੇ ਜਜ਼ਬੇ ਦੀ। ਇਹ ਮਹਾਨ ਗਾਥਾ ਕੱਲ੍ਹ ਨੂੰ ਇੱਕ ਕਹਾਣੀ ਬਣ ਕੇ ਨਾ ਰਹਿ ਜਾਵੇ, ਇਸ ਲਈ ਇਸ ਦੇ ਵਰਕਿਆਂ ਨੂੰ ਸਮੇਂ ਸਮੇਂ 'ਤੇ ਫਰੋਲਣਾ ਬਹੁਤ ਜ਼ਰੂਰੀ ਹੈ, ਤਾਂ ਕਿ ਇਹ ਅਹਿਸਾਸ ਨਵੀਂ ਪੀੜ੍ਹੀ ਦੇ ਮਨਾਂ ਵਿੱਚ ਹਮੇਸ਼ਾ ਬਣਿਆ ਰਹੇ ਕਿ ਅਸੀਂ ਕਿੰਨੀ ਮਹਾਨ ਪਰੰਪਰਾ ਦਾ ਹਿੱਸਾ ਹਾਂ। ਉੱਨੀਵੀਂ ਸ਼ਤਾਬਦੀ ਦੇ ਆਖਰੀ ਦਹਾਕਿਆਂ ਤੱਕ ਆਉਂਦੇ ਆਉਂਦੇ ਖੂਬਸੂਰਤ ਪੰਜਾਬੀ ਸੱਭਿਅਤਾ ਦੀ ਤਸਵੀਰ ਦੇ ਰੰਗ ਕਾਫੀ ਧੁੰਦਲੇ ਪੈ ਚੁੱਕੇ ਸਨ। ਪਹਿਲਾਂ ਉਹਨਾਂ ਦੀ ਪਛਾਣ ਮੁਗਲਾਂ ਵੱਲੋਂ ਖੋਣ ਦੇ ਯਤਨ ਹੋਏ ਤੇ ਹੁਣ ਗੋਰੇ ਉਸ ਪਛਾਣ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸੀ। ਇਹਨਾਂ ਸਮਿਆਂ ਵਿੱਚ ਸਿੰਘ ਸਭਾ ਲਹਿਰ ਦਾ ਵਜੂਦ ਹਕੀਕਤ ਬਣ ਉਭਰਿਆ, ਜਿਸ ਨੇ ਖਿੰਡੀਆਂ ਹੋਈਆਂ ਸਿੱਖ ਕਦਰਾਂ ਕੀਮਤਾਂ ਨੂੰ ਹਲੂਣਾ ਸ਼ੁਰੂ ਕੀਤਾ। ਕਹਿਣ ਨੂੰ ਇਹ ਇੱਕ ਧਰਮ ਅਤੇ ਸੱਭਿਆਚਾਰ ਬਚਾਓ ਲਹਿਰ ਸੀ, ਪਰ ਅਸਲ ਵਿੱਚ ਇਸ ਲਹਿਰ ਦਾ ਨਿਸ਼ਾਨਾ ਦਿਲ ਹਾਰ ਚੁੱਕੇ ਪੰਜਾਬੀਆਂ ਨੂੰ ਮੁੜ ਚੜ੍ਹਦੀ ਕਲਾ ਵਿੱਚ ਲੈ ਜਾਣਾ ਸੀ। ਸਿੰਘ ਸਭਾ ਲਹਿਰ ਨਾਲ ਜੁੜੀਆਂ ਸਰਦਾਰ ਠਾਕਰ ਸਿੰਘ ਸੰਧਾਵਾਲੀਆ, ਕੰਵਰ ਬਿਕਰਮ ਸਿੰਘ, ਗਿਆਨੀ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗੀਆਂ ਸ਼ਖਸੀਅਤਾਂ ਇਹ ਸਮਝ ਗਈਆਂ ਸਨ ਕਿ ਇਸ ਵਾਰ ਉਹਨਾਂ ਦੀ ਲੜਾਈ ਇੱਕ ਹਰ ਪੱਖੋਂ ਵਿਕਸਿਤ ਕੌਮ ਨਾਲ ਹੈ। ਇਹ ਲੜਾਈ ਤੀਰ ਤਲਵਾਰਾਂ ਦੀ ਥਾਂ ਸਵੈ ਭਰੋਸੇ ਅਤੇ ਚੇਤਨਾ ਵਰਗੇ ਹਥਿਆਰਾਂ ਨਾਲ ਹੀ ਜਿੱਤੀ ਜਾ ਸਕਦੀ ਸੀ। ਇਸ ਲਈ ਉਹਨਾਂ ਨੇ ਸਿੱਖਾਂ ਵਿੱਚ ਧਰਮ, ਵਿਰਸੇ ਅਤੇ ਵਿਦਿਆ ਦੇ ਪ੍ਰਸਾਰ ਉੱਤੇ ਜ਼ੋਰ ਦੇਣਾ ਸ਼ੁਰੂ ਕੀਤਾ। 1892 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਕਾਇਮੀ ਸਿੱਖ ਇਤਿਹਾਸ ਵਿੱਚ ਇੱਕ ਵੱਡੀ ਘਟਨਾ ਹੈ। ਇਸਨੇ ਨਾ ਸਿਰਫ ਸਿੱਖਾਂ ਨੂੰ ਗਿਆਨ ਦੇ ਰਾਹੇ ਤੋਰਿਆ, ਸਗੋਂ ਉਹ ਚਿੰਤਕ, ਵਿਦਵਾਨ ਅਤੇ ਵਿਦਿਆਰਥੀ ਵੀ ਪੈਦਾ ਕੀਤੇ ਜਿਨ੍ਹਾਂ ਨੇ ਸਮੇਂ ਸਮੇਂ ਸਿੱਖ ਸੰਘਰਸ਼ਾਂ ਨੂੰ ਸੇਧ ਦਿੱਤੀ। 1902 ਵਿੱਚ ਚੀਫ ਖਾਲਸਾ ਦੀਵਾਨ ਦੀ ਕਾਇਮੀ ਇਸੇ ਪੁਨਰ ਜਾਗ੍ਰਿਤ ਲਹਿਰ ਦਾ ਹਿੱਸਾ ਸਨ। ਸਿੰਘ ਸਭਾ ਲਹਿਰ ਦੇ ਆਗੂਆਂ ਦੀ ਸੋਚ ਇਹ ਸੀ ਕਿ ਪਹਿਲਾਂ ਖੁਦ ਨੂੰ ਸੰਭਾਲਿਆ ਜਾਵੇ, ਫਿਰ ਹੀ ਕੌਮ ਅਤੇ ਦੇਸ਼ ਸੰਭਾਲੇ ਜਾਣਗੇ। ਤੇ ਸਭ ਤੋਂ ਵੱਡੀ ਮੁਸ਼ਕਿਲ ਉਹਨਾਂ ਨੇ ਇਹ ਵੇਖੀ ਕਿ ਧਰਮ ਅਤੇ ਵਿਰਸੇ ਦਾ ਸੁਨੇਹਾ ਦੇਣ ਵਾਲੇ ਉਹਨਾਂ ਦੇ ਗੁਰਦੁਆਰੇ ਹੀ ਉਹਨਾਂ ਕੋਲ ਨਹੀਂ ਸਨ। ਬਾਬਾ ਬੰਦਾ ਸਿੰਘ ਬਹਾਦਰ ਤੋਂ ਹੀ ਸਿੱਖ ਪੰਥ ਮੁਗਲਾਂ ਖਿਲਾਫ ਘੋਰ ਯੁੱਧਾਂ ਵਿੱਚ ਉਲਝ ਗਿਆ ਸੀ। ਇਸ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥ ਚਲਾ ਗਿਆ, ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਗਿਆਨ ਦੀ ਬਜਾਏ ਦਾਨ ਦਾ ਜ਼ਰੀਆ ਬਣਾ ਦਿੱਤਾ।
ਸਿੱਖ ਰਹਿਤ ਅੰਦਰ ਕਰਮ ਕਾਂਡ ਦੇ ਨਾਮ ਤੇ ਮੁੜ ਉਹੀ ਪਖੰਡ ਸ਼ਾਮਿਲ ਹੋ ਗਿਆ ਸੀ ਜਿਨ੍ਹਾਂ ਦੇ ਖਿਲਾਫ ਕਦੇ ਗੁਰੂ ਨਾਨਕ ਦੇਵ ਜੀ ਨੇ ਲੜਾਈ ਲੜੀ ਸੀ। ਸੋ ਜ਼ਰੂਰੀ ਸੀ ਕਿ ਦੇਸ਼ ਲਈ ਕੋਈ ਵੱਡੀ ਲੜਾਈ ਲੜਨ ਤੋਂ ਪਹਿਲਾਂ ਸਿੱਖ ਪੰਥ ਆਪਣੇ ਲਈ ਲੜਾਈ ਸ਼ੁਰੂ ਕਰਦਾ। ਬਦ ਚੱਲਣ ਮਹੰਤਾਂ ਦਾ ਜਦੋਂ ਸਾਰਾ ਕੋਨਸੈਪਟ ਚੱਲ ਰਿਹਾ ਸੀ, ਪੰਥ ਦੇ ਬਹੁਤ ਸੁਚਾਰੂ ਆਗੂਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਵੀ ਇਹ ਗੁਰਧਾਮ ਜਿਹੜੇ ਆ ਇਹ ਸਮੁੱਚੀ ਮਨੁੱਖਤਾ ਦੇ ਲਈ ਚਾਨਣ ਮੁਨਾਰਾ ਹੈਗੇ ਆ, ਇੱਥੋਂ ਸਮੁੱਚੀ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦਿੱਤਾ ਜਾਂਦਾ। ਪੰਥ ਨੇ ਸਿਰ ਜੋੜ ਕੇ ਫੈਸਲਾ ਕੀਤਾ ਵੀ ਅਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਇਹਨਾਂ ਮਹੰਤਸ਼ਾਹੀ ਤੋਂ ਨਿਜਾਤ ਦਵਾ ਕੇ ਸੰਗਤ ਦੇ ਪ੍ਰਬੰਧਕਾਂ ਦੇ ਕੋਲ ਥਾਪਣਾ। ਮੱਧਕਾਲ ਵਿੱਚ ਵੀ ਸਿੱਖਾਂ ਨੇ ਧਰਮ ਦੇ ਪਲੇਟਫਾਰਮ ਤੋਂ ਮੁਗਲ ਰਾਜਨੀਤੀ ਖਿਲਾਫ ਜੰਗ ਲੜੀ ਸੀ ਤੇ ਅੰਗਰੇਜ਼ਾਂ ਖਿਲਾਫ ਵੀ ਉਹਨਾਂ ਨੇ ਆਪਣੀ ਜੰਗ ਇਸੇ ਹੀ ਪਲੇਟਫਾਰਮ ਤੋਂ ਲੜਨੀ ਸੀ, ਜਿਸ ਨੇ ਛੇਤੀ ਹੀ ਜਨਮ ਦੇਣਾ ਸੀ ਅਕਾਲੀ ਦਲ ਵਰਗੀ ਮਹਾਨ ਸੰਸਥਾ। ਜਲਿਆਂਵਾਲਾ ਬਾਗ ਗੁਰਦੁਆਰਾ ਸੁਧਾਰ ਮੁਹਿੰਮ ਦੀ ਪਹਿਲੀ ਲੜਾਈ ਦਾ ਜਨਮ ਸਥਾਨ। ਪ੍ਰੋਫੈਸਰ ਬਾਬਾ ਹਰਕਿਸ਼ਨ ਸਿੰਘ, ਸਰਦਾਰ ਤੇਜਾ ਸਿੰਘ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਵਰਗੇ ਵਿਦਵਾਨਾਂ ਅਤੇ ਆਗੂਆਂ ਨੇ ਖਾਲਸਾ ਬਿਰਾਦਰੀ ਦਾ ਇਕੱਠ ਰਚਿਆ, ਅਛੂਤਾਂ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਦੀ ਅਰਦਾਸ ਲਈ ਹਰਿਮੰਦਰ ਸਾਹਿਬ ਦੇ ਦੁਆਰ ਤੇ ਦਸਤਕ ਜਾ ਦਿੱਤੀ। ਇਸ ਤੋਂ ਪਹਿਲਾਂ ਇਹਨਾਂ ਲੋਕਾਂ ਦੀ ਅਰਦਾਸ ਗੁਰਦੁਆਰਿਆਂ ਵਿੱਚ ਨਹੀਂ ਸੀ ਪ੍ਰਵਾਨ ਕੀਤੀ ਜਾਂਦੀ। ਉਸ ਵੇਲੇ ਫੈਸਲਾ ਕੀਤਾ ਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਅਰਦਾਸ ਕਰਕੇ ਹੁਕਮਨਾਮਾ ਲਿਆ ਜਾਵੇ। ਹੁਕਮਨਾਮਾ ਜਿਹੜਾ ਵੀ ਆਵੇ ਉੱਤੇ ਦੋਨਾਂ ਧਿਰਾਂ ਜਿਹੜੀਆਂ ਨੇ ਉਹ ਫੁੱਲ ਚੜ੍ਹਾਉਣਗੀਆਂ। ਅਤੇ ਹੁਕਮਨਾਮਾ ਆਇਆ, ਨਿਗੁਣਿਆਂ ਨੂੰ ਆਪੇ ਬਖਸ ਲੈ ਭਾਈ ਸਤਿਗੁਰ ਕੀ ਸੇਵਾ ਲਾਈ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਈ ਨਿਗੁਣਿਆ। ਭਾਵ ਇਹ ਸੀ ਕਿ ਜਿਹੜੇ ਵੀ ਨਿਮਾਣੇ ਨੇ, ਨਿਤਾਣੇ ਨੇ, ਪੀੜੇ ਹੋਏ ਲੋਕ ਨੇ, ਇਹਨਾਂ ਨੂੰ ਗੁਰੂ ਆਪ ਹੀ ਬਖਸ਼ਦਾ, ਗੁਰੂ ਆਪਣੇ ਗਲ ਲਾਉਂਦਾ। ਇਸ ਕਰਕੇ ਫਿਰ ਪੁਜਾਰੀਆਂ ਨੇ ਵੀ ਉਹਨਾਂ ਦੀ ਅਰਦਾਸ ਕਰਨੀ ਮੰਨ ਲਈ, ਹੁਕਮਨਾਮਾ ਲੈਣਾ ਮੰਨ ਲਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਉਹਨਾਂ ਦੇ ਪ੍ਰਵੇਸ਼ ਨੂੰ ਮਾਨਤਾ ਦੇ ਦਿੱਤੀ। ਅਕਾਲੀ ਦਾ ਅਰਥ ਹੈ ਅਕਾਲ ਪੁਰਖ ਦੀ ਹੋਂਦ ਨੂੰ ਮੰਨਣ ਵਾਲਾ। ਇੱਕ ਪਰੰਪਰਾ ਦੇ ਤੌਰ ਤੇ ਇਹ ਸ਼ਬਦ ਅਕਾਲੀ ਪੰਜਾਬੀ ਜੀਵਨ ਵਿੱਚ ਬਹੁਤ ਪੁਰਾਣਾ ਹੈ। ਸਿੱਖ ਗੁਰੂਆਂ ਨੇ ਪਰਮਾਤਮਾ ਲਈ ਅਕਾਲ ਪੁਰਖ ਸ਼ਬਦ ਦਾ ਇਸਤੇਮਾਲ ਕੀਤਾ। ਮੁਗਲਾਂ ਖਿਲਾਫ ਧਰਮ ਯੁੱਧ ਵਿੱਚ ਨਿਹੰਗ ਸਿੰਘ ਅਕਾਲ ਅਕਾਲ ਦੇ ਜੈਕਾਰੇ ਛੱਡਦੇ ਤੇ ਖੁਦ ਨੂੰ ਅਕਾਲ ਫੌਜ ਦੇ ਸਿਪਾਹੀ ਆਖਦੇ ਤੇ ਹੁਣ ਇਹ ਸ਼ਬਦ ਬ੍ਰਿਟਿਸ਼ ਸਾਮਰਾਜ ਲਈ ਇੱਕ ਵੱਡੀ ਮੁਸ਼ਕਿਲ ਬਣਨ ਜਾ ਰਿਹਾ ਸੀ। 15-16 ਨਵੰਬਰ 1920 ਨੂੰ ਇੱਕ ਵਿਸ਼ਾਲ ਪੰਥਕ ਕਾਨਫਰੰਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ, ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ, ਜੋ ਅਧਰਮ ਅਤੇ ਜ਼ੁਲਮ ਦੇ ਖਿਲਾਫ ਜੰਗ ਦਾ ਸਿੱਧਾ ਐਲਾਨ ਸੀ। ਇਸ ਨੇ ਦਿੱਲੀ ਦੀ ਗੋਰੀ ਸਰਕਾਰ ਨੂੰ ਵਾਇਸ ਰਾਏ ਦੀ ਕੋਠੀ ਬਣਾਉਣ ਲਈ ਗੁਰਦੁਆਰਾ ਰਕਾਬਗੰਜ ਦੀ ਢਾਈ ਹੋਈ ਕੰਧ ਮੁੜ ਉਸਾਰਨ ਲਈ ਮਜਬੂਰ ਕਰ ਦਿੱਤਾ। ਦਿਨਾਂ ਵਿੱਚ ਹੀ ਇਸ ਦੇ ਯੋਧਿਆਂ ਨੇ ਗੋਰੀ ਸਰਕਾਰ ਦੇ ਪਿੱਠੂ ਮਹੰਤ ਅਤੇ ਪੁਜਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਬਾਬੇ ਦੀ ਬੇਰ ਤੇ ਗੁਰਦੁਆਰਾ ਪੰਜਾ ਸਾਹਿਬ ਨੂੰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ। ਪੰਜਾਬ ਇੱਕ ਐਸੀ ਸਟੇਟ ਹੈ ਕਿ ਪਿਛਲੇ 2000 ਸਾਲ ਦਾ ਅਸੀਂ ਇਤਿਹਾਸ ਕੱਢ ਲਈਏ ਕਿ ਜਦੋਂ ਵੀ ਕੋਈ ਹਮਲਾਵਰ ਹਿੰਦੁਸਤਾਨ 'ਤੇ ਹਮਲਾ ਕਰਦਾ ਸੀ, ਦਰੇ ਖੈਬਰ 'ਚੋਂ ਨਿਕਲ ਕੇ ਸਭ ਤੋਂ ਪਹਿਲੇ ਪੰਜਾਬ ਦੇ ਉੱਤੇ ਹਮਲਾ ਹੁੰਦਾ ਸੀ। ਪੰਜਾਬੀ ਖੂਨ ਦੇ ਵਿੱਚ ਖੁਦਪ੍ਰਸਤੀ, ਆਪਣੇ ਆਪ ਨੂੰ ਡਿਫੈਂਡ ਕਰਨ ਦੀ, ਆਪਣੇ ਹੱਕਾਂ ਹਕੂਕਾਂ ਵਾਸਤੇ ਲੜਨ ਦੀ ਇੱਕ ਸ਼ਕਤੀ ਬ੍ਰਿਟਿਸ਼ਰਸ ਨੂੰ ਚੰਗੀ ਤਰ੍ਹਾਂ ਪਤਾ ਸੀਗੀ। ਔਰ ਬ੍ਰਿਟਿਸ਼ਰਸ ਜਿਹੜੇ ਸੀਗੇ ਉਹ ਚਾਹੁੰਦੇ ਸੀਗੇ ਕਿਸੇ ਤਰੀਕੇ ਇਹਨਾਂ ਦੇ ਹੌਂਸਲੇ ਤੋੜ ਦਿੱਤੇ ਜਾਣ। ਡਰ ਉਹਨਾਂ ਨੂੰ ਇਹੀ ਸੀਗਾ ਕਿ ਜਿਹੜੀ ਮਹਾਤਮਾ ਗਾਂਧੀ ਦੀ ਨੌਨ ਵਾਇਲੈਂਸ ਦੀ ਮੂਵਮੈਂਟ ਹੈ ਇਹ ਕਿਤੇ ਉਗਰ ਰੂਪ ਨਾ ਲੈ ਜਾਵੇ, ਅਗਰ ਉਗਰ ਰੂਪ ਲੈਣਾ ਹੈ ਤਾਂ ਉਹਦੇ 'ਚ ਪੰਜਾਬ ਦਾ ਰੋਲ ਬਹੁਤ ਵੱਡਾ ਹੋਏਗਾ। ਅਤੇ ਇਸ ਲਈ
ਮਾਨਸਿਕ ਤੌਰ 'ਤੇ ਪੰਜਾਬ ਨੂੰ ਉਹ ਡਰਾਉਣਾ ਚਾਹੁੰਦੇ ਸੀ, ਪੰਜਾਬੀਆਂ ਨੂੰ ਡਰਾਉਣਾ ਚਾਹੁੰਦੇ। ਹੁਣ ਲੋੜ ਮਹਿਸੂਸ ਹੋਈ ਗੁਰਦੁਆਰਾ ਸੁਧਾਰ ਲਹਿਰ ਦੇ ਰਾਜਨੀਤਿਕ ਪੱਖ ਨੂੰ ਮਜ਼ਬੂਤ ਕਰਨ ਦੀ, ਤਾਂ ਕਿ ਅੰਗਰੇਜ਼ਾਂ ਦੀਆਂ ਕੂਟਨੀਤਿਕ ਚਾਲਾਂ ਨੂੰ ਸਮਝ ਕੇ ਪਰਖ ਕੇ ਸੰਘਰਸ਼ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣ। 14 ਦਸੰਬਰ 1920 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਿੱਖ ਸੰਗਤ ਦਾ ਇੱਕ ਵਿਸ਼ਾਲ ਇਕੱਠ ਹੋਇਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਸੂਰਜ ਬੁਲੰਦ ਹੋ ਉਭਰਿਆ। ਸਰਦਾਰ ਸੁਰਮੁਖ ਸਿੰਘ ਚਬਾਲ ਇਸ ਦੇ ਪਹਿਲੇ ਜਥੇਦਾਰ ਚੁਣੇ ਗਏ। ਉਹ ਸਮਾਂ ਜਦੋਂ ਹਾਲੇ ਦੇਸ਼ ਦੀ ਸਾਡੀ ਆਜ਼ਾਦੀ ਦੀ ਲੜਾਈ ਵੀ ਪੱਕੀ ਨਹੀਂ ਸੀ, ਜਦੋਂ ਕਿ ਲੋਕਾਂ ਦੇ ਹਾਲੇ ਲੋਕਤੰਤਰਿਕ ਹੱਕ ਲੈਣ ਵਾਸਤੇ ਕੋਈ ਵੱਡੀ ਮੂਵਮੈਂਟ ਉਸ ਵੇਲੇ ਹਾਲੇ ਖੜ੍ਹੀ ਨਹੀਂ ਹੋਈ ਸੀ। ਉਸ ਤੋਂ ਪਹਿਲਾਂ ਹੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਡੈਮੋਕ੍ਰੇਟਿਕ ਕੰਟਰੋਲ ਲੈ ਕੇ ਆਉਣਾ, ਇਹ ਸੁਪਨਾ ਲੈਣਾ ਜਿਹੜੀ ਹੈ ਇੱਕ ਬਹੁਤ ਵੱਡੀ ਵਿਜ਼ਨ ਦਾ ਸਬੂਤ ਸੀ। ਅਕਾਲੀ ਦਲ ਨੇ ਜਿੰਨੀ ਤੇਜ਼ੀ ਨਾਲ ਖੁਦ ਨੂੰ ਜਥੇਬੰਦ ਕੀਤਾ, ਉਸਨੇ ਗੋਰੀ ਸਰਕਾਰ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਪਰ ਹੈਰਾਨੀ ਵਾਲੀ ਅਸਲ ਗੱਲ ਤਾਂ ਇਹ ਸੀ ਕਿ ਹੁਣ ਤੱਕ ਸਿਰਫ ਆਪਣੇ ਜੁਝਾਰੂ ਅਕਸ ਕਰਕੇ ਜਾਣੀ ਜਾਂਦੀ ਸਿੱਖ ਸੰਗਤ ਇੱਕ ਮੁਕੰਮਲ ਸ਼ਾਂਤੀ ਅੰਦੋਲਨ ਕਰ ਰਹੀ ਸੀ। ਤਰਨ ਤਾਰਨ, ਮਾਛੀ ਕੇ, ਸ਼ੇਖੂਪੁਰਾ, ਖਡੂਰ ਸਾਹਿਬ ਅਤੇ ਹੋਰ ਕਿੰਨੇ ਹੀ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਅਕਾਲੀਆਂ ਨੂੰ ਬੜੇ ਤਸੀਹੇ ਸਹਿਣੇ ਪਏ। ਇਸ ਦੇ ਬਾਵਜੂਦ ਉਹ ਸ਼ਾਂਤ ਰਹੇ। ਜਦੋਂ ਸਿੰਘਾਂ ਨੇ ਇਹ ਚੀਜ਼ ਉਹਨਾਂ ਦੇ ਦਿਮਾਗ 'ਚ ਆਈ ਕਿ ਸਾਡਾ ਤਾਂ ਸਾਰਾ ਕੁਛ ਹੀ ਬਰਬਾਦ ਹੋ ਰਿਹਾ, ਉਸ ਤੋਂ ਬਾਅਦ ਫਿਰ ਇਹ ਫੌਰਨ 'ਚੋਂ ਵੀ ਸਿੰਘ ਆਏ, ਸਾਡੇ ਫੌਜੀ ਸਿੰਘ ਵੀ ਆਏ ਅਤੇ ਪਿੰਡਾਂ 'ਚੋਂ ਵੀ ਜਿਹੜੇ ਅੱਛੇ ਕਾਬਲ ਸਿੰਘ ਸੀ ਉਹ ਆਏ। ਅਤੇ ਫਿਰ ਜਦੋਂ ਇਹ ਮੂਵਮੈਂਟਾਂ ਚੱਲਦੀਆਂ ਸੀ ਤਾਂ ਪਿੰਡਾਂ 'ਚੋਂ ਪ੍ਰਚਾਰ ਕਰਦੇ ਜਿੱਥੇ ਆਉਂਦੇ ਸੀ ਤਾਂ ਪਿੰਡਾਂ 'ਚ ਵੀ ਲੋਕ ਕਾਲੇ ਰੰਗ ਰੰਗ ਕੇ ਚੁੰਨੀਆਂ ਬੀਬੀਆਂ ਨੇ, ਬੰਦਿਆਂ ਨੇ ਕਾਲੀ ਪੱਗ, ਕੋਈ ਸ਼ਹੀਦੀ ਪੱਗ ਸੀ ਕਾਲੀ, ਉਹ ਕਾਲੀ ਪੱਗ ਬੰਨ੍ਹ ਕੇ ਕੁਰਬਾਨੀ ਵਾਸਤੇ ਜਾਂਦੇ ਸੀ।